ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ ਅੱਜ ਦਾਸ ਧਰਮ ਦੇ ਅੰਦਰ ਆਕਾਸ਼ ਬਾਣੀ ਇਹ ਬੜੀ ਬਚਿੱਤਰ ਲੀਲਾ ਹੈਗੀ ਇਸ ਦੇ ਉੱਤੇ ਆਪਣੀ ਤਿੱਲ ਮਾਤਰ ਵਿਚਾਰ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਕਰਦਾ ਹੈ ਅਸਲ ਦੇ ਵਿੱਚ ਆਕਾਸ਼ ਬਾਣੀ ਕੀ ਹੈ ਕਿ ਅਕਬਰ ਆਪਾਂ ਥੋੜੇ ਦੁਆਪਰ ਯੁਗ ਦੀ ਗੱਲ ਕਰ ਲਈਏ ਜਦੋਂ ਕ੍ਰਿਸ਼ਨ ਭਗ ਮਾਰ ਮਾਰਦਾ ਜਨਮ ਹੋਇਆ ਸੀ ਉਹਨਾਂ ਸਮਿਆਂ ਦੇ ਵਿੱਚ ਤੇ ਇਹਨਾਂ ਦੀ ਜਿਹੜੀ ਹੈ ਨਾ अदਲਾ ਬਦਲੀ ਹੋਈ ਸੀ ਬਸ ਉਹ ਦੇਵ ਜੀ ਨੇ ਕ੍ਰਿਸ਼ਨ ਜੀ ਨੂੰ ਗੋਕਲ ਦੇ ਵਿੱਚ ਭੇਜ ਦਿੱਤਾ ਸੀਗਾ ਤੇ ਉੱਥੋਂ ਜੋ ਦਿਸ਼ੋਦਾ ਦੀ ਲੜਕੀ ਸੀਗੀ ਬੱਚੀ ਸੀ ਉਹਨੂੰ ਉਹਨਾਂ ਨੇ ਜੇਲ੍ਹ ਦੇ ਵਿੱਚ ਲਿਆ ਕੇ ਜਦ ਰੱਖਿਆ ਤਾਂ ਉਹਦੀ ਰੋਣ ਦੀ ਆਵਾਜ਼ ਆਈ ਆ ਜਦ ਕੰਸ ਨੂੰ ਇਹ ਪਤਾ ਲੱਗਾ ਕਿ ਇੱਥੇ ਜੇਲ੍ਹ ਦੇ ਅੰਦਰ ਇੱਕ ਬੱਚੀ ਨੇ ਜਨਮ ਲਿਆ ਉਹ ਆਪਣੇ ਸੁਹਾ ਦੇ ਅਨਸਾਰ ਜਦ ਮਾਰਨ ਵਾਸਤੇ ਆਇਆ ਜੋ ਹੀ ਉਹਨੇ ਬੱਚੀ ਨੂੰ ਧੋਵੀ ਪਟਕਾ ਦੇ ਕੇ ਪਟਕਾਰ ਕੇ ਮਾਰਨ ਦੀ ਕੋਸ਼ਿਸ਼ ਕੀਤੀ ਉਹ ਬੱਚੀ ਕੰਸ ਦੇ ਹੱਥੋਂ ਛੁੱਟ ਕੇ ਅਸਮਾਨ ਨੂੰ ਚਲੇ ਗਈ ਤੇ ਉਸਨੇ ਇੱਕ ਬਹੁਤ ਵੱਡਾ ਦੇਵੀ ਦਾ ਰੂਪ ਅਖਤਿਆਰ ਧਾਰ ਲਿਆ ਤੇ ਕਈ ਵਹਾ ਨੂੰ ਭੂਜਾ ਨੂੰ ਆਪਣੀਆਂ ਨੂੰ ਵਧਾ ਕੇ ਉਹਦੇ ਵਿੱਚ ਸਾਰੇ ਅਸਤਰ ਸ਼ਾਸਤਰ ਫੜ ਕੇ ਕੰਸ ਨੂੰ ਇਹ ਚੇਤਾਵਨੀ ਦਿੱਤੀ ਕਿ ਤੈਨੂੰ ਮਾਰਨ ਵਾਲਾ ਜਨਮ ਲੈ ਚੁੱਕਾ ਹੈਗਾ ਤੇ ਉਹ ਗੋਕਲ ਦੇ ਵਿੱਚ ਪਲ ਰਿਹਾ ਹੈ। ਸੋ ਇਹ ਹੈ ਪ੍ਰਾਤਨਾ ਕਾਸ਼ ਬਾਣੀਆਂ ਦਾ ਜਿਨ੍ਹਾਂ ਤੋਂ ਅਸੀਂ ਬਜ਼ੁਰਗਾਂ ਤੋਂ ਬਹੁਤ ਹੀ ਕਿਸੇ ਸਮੇਂ ਇਹਨਾਂ ਆਕਾਸ਼ ਬਾਣੀਆਂ ਦੇ ਜੋ ਇਤਿਹਾਸ ਹੁੰਦੇ ਸੀਗੇ ਉਹਨਾਂ ਨੂੰ ਸੁਣਦੇ ਹੁੰਦੇ ਸੀ। ਪਰ ਆਓ ਅੱਜ ਆਪਾਂ ਨਾ ਗੁਰੂ ਘਰ ਦੇ ਅੰਦਰ ਦੇਖਦੇ ਹਾਂ ਕਿ ਆਕਾਸ਼ ਬਾਣੀ ਅਸਲ ਦੇ ਵਿੱਚ ਹੁੰਦੀ ਕੀ ਆ। ਵੈਸੇ ਤੋਂ ਆਕਾਸ਼ ਬਾਣੀ ਦੇ ਬਹੁਤ ਹੀ ਸਰੂਪ ਜਿਹੜੇ ਦਾਸ ਅੱਜ ਕੁਛ ਕੁ ਸਰੂਪ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਕਰਦਾ ਹੈਗਾ ਸੋ ਸਭ ਤੋਂ ਪਹਿਲਾਂ ਕੀ ਹੁੰਦਾ ਹੈਗਾ ਕਿ ਜਿਵੇਂ ਅਸੀਂ ਧੰਗੁਰ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਲੈਂਦੇ ਆ ਇਹ ਹੁਕਮਨਾਮਾ ਵੀ ਆਕਾਸ਼ ਬਾਣੀ ਦਾ ਹੀ ਸਰੂਪ ਹੁੰਦਾ ਹੈਗਾ ਕਿਉਂ ਇਸ ਹੁਕਮਨਾਮਾ ਜਿਹੜਾ ਹਨ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਣ ਵਾਲੀ ਸੰਗਤ ਹੈਗੀ ਆ ਇਹ ਹੁਕਮਨਾਮੇ ਦੀ ਆਵਾਜ਼ ਉਹਨਾਂ ਦੇ ਨਾਲ ਸੰਬੋਧਿਤ ਹੁੰਦੀ ਆ ਆਪਾਂ ਦੇਖਦੇ ਹਾਂ ਕਿ ਇੱਕੋ ਹੀ ਹੁਕਮਨਾਮਾ ਹਜ਼ਾਰਾਂ ਹੀ ਸੰਗਤਾਂ ਦੇ ਸਵਾਲਾਂ ਦਾ ਜਵਾਬ ਹੁੰਦਾ ਹੈਗਾ ਤੇ ਹਰੇਕ ਦੀ ਕਿਉਂਕਿ ਮੰਗ ਵੱਖਰੀ ਆ ਜਿਸ ਮੰਗ ਕਰਕੇ ਉਹ ਹੁਕਮਨਾਮਾ ਵੀ ਉਹਨੂੰ ਉਸੇ ਹਿਸਾਬ ਦੇ ਨਾਲ ਪਾਸਦਾ ਹੈਗਾ ਇਹ ਬੜੀ ਪਚੱਤਰ ਖੇਡ ਹੈ ਇਸੇ ਕਰਕੇ ਇਸ ਹੁਕਮਨਾਮੇ ਨੂੰ ਵੀ ਅਸੀਂ ਹਨਾ ਆਕਾਸ਼ਵਾਣੀ ਆਖ ਦਿੰਦੇ ਆ ਰੱਬ ਦੀ ਆਵਾਜ਼ ਆਖ ਦਿੰਦੇ ਆ ਜਾਂ ਨਾਮ ਧਾਰੀਆਂ ਦੇ ਵਿੱਚ ਇਹਨੂੰ ਹਨਾ ਗੋਬਿੰਦ ਦੀ ਆਵਾਜ਼ ਵੀ ਆਖਿਆ ਜਾਂਦਾ ਹੈਗਾ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਪਰਮਾਣ ਆਪਾਂ ਦੇਖਦੇ ਆਂ ਕਿ ਇੱਕ ਤਾਂ ਹੁਕਮਨਾਮੇ ਜਿਹੜੇ ਸਾਂਝੇ ਲੈ ਜਾਂਦੇ ਆ ਸੰਗਤ ਦੇ ਵਾਸਤੇ ਇੱਕ ਹੁਕਮਨਾਮੇ ਉਹ ਹੁੰਦੇ ਆ ਜਿਹੜੇ ਅਸੀਂ ਮੰਗ ਕੇ ਲੈਂਦੇ ਆ ਜਿਹੜੇ ਮੰਗ ਕੇ ਲੈ ਜਾਂਦੇ ਹੁਕਮਨਾਮੇ ਇਹ ਵੀ ਰੱਬੀ ਆਵਾਜ਼ ਦੇ ਰੂਪ ਚ ਸਾਨੂੰ ਪ੍ਰਾਪਤ ਹੋ ਜਾਂਦੇ ਜਿਵੇਂ ਪੈਸਾ ਭਾਈ ਰੰਤਿਰ ਸਿੰਘ ਜੀ ਜਾਂ ਹੋਰ ਜਿੰਨੇ ਮਹਾਂਪੁਰਖ ਹੋਇਆ ਉਹਨਾਂ ਜੀਵਨ ਦਾੰਦ ਦੇ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਟਰਾਵਾ ਜਿਹੜੀਆਂ ਸਹਿਜ ਦੇ ਵਿੱਚ ਹੀ ਵਰਤਦੀਆਂ ਰਹਿੰਦੀਆਂ ਸੀਗੀਆਂ ਜਿਵੇਂ 10 ਅੱਜ ਗੱਲ ਕਰਦਾ ਹੈ ਕਿ ਸਰਦਾਰ ਰਗਵੀਰ ਸਿੰਘ ਜੀ ਵੀਰ ਜਦ ਕਲਕੱਤੇ ਰਹਿੰਦੇ ਹੁੰਦੇ ਸੀ ਉਹਨਾਂ ਸਮਿਆਂ ਦੇ ਵਿੱਚ ਸੈਕੰਡ ਵਰਲਡ ਵਾਰ ਚੱਲਦੀ ਸੀਗੀ ਤੇ ਇਸ ਵਰਲਡ ਵਾਰ ਦੇ ਵਿੱਚ ਜਾਪਾਨ ਨੇ ਸਿੰਗਾਪੁਰ ਜਿਹੜਾ ਸੀਗਾ ਇਲਾਕਾ ਇਹ ਫਤਿਹ ਕਰ ਲਿਆ ਸੀਗਾ ਤੇ ਅਗਲਾ ਉਹਦਾ ਜਿਹੜਾ ਟਾਰਗੇਟ ਨਿਸ਼ਾਨਾ ਸੀਗਾ ਉਹ ਸੀ ਕਲਕੱਤੇ ਨੂੰ ਇਸ ਇਲਾਕੇ ਨੇ ਜਿੱਤਣਾ ਪਰ ਕਿਉਂਕਿ ਕਲਕੱਤਾ ਜਿਹੜਾ ਸੀ ਉਹਨਾਂ ਟਾਈਮ 'ਚ ਵੱਡਾ ਸ਼ਹਿਰ ਹੁੰਦਾ ਸੀਗਾ ਪਰ ਭਾਈ ਸਾਹਿਬ ਉਹਨਾਂ ਨੇ ਆਪਣੇ ਉਸ ਕਲਕੱਤੇ ਸ਼ਹਿਰ ਦੇ ਵਿੱਚ ਇੱਕ ਸੁਸਾਇਟੀ ਬਣਾਈ ਹੁੰਦੀ ਸੀਗੀ ਇਸ ਸੋਸਾਇਟੀ ਦੇ ਵਿੱਚ ਨਾਮ ਸਿਮਰਨ ਸੰਬੰਧੀ ਵਿਚਾਰਾਂ ਜਿਹੜੀਆਂ ਸੀ ਹਫ਼ਤਾਵਾਰ ਮੀਟਿੰਗਾਂ 'ਚ ਹੁੰਦੀਆਂ ਸੀਗੀਆਂ ਪਰ ਜਦੋਂ ਇਹ ਜਿਹੜਾ ਸੀ ਹਨਾ ਖਤਰੇ ਵਾਲਾ ਸਾਰਾ ਜੋ ਸਮਾਜਿਕ ਅਜਤ ਕਲਕੱਤੇ ਚ ਆਇਆ ਤੇ ਉਸ ਟਾਈਮ ਫੇ ਇੱਕ ਮੀਟਿੰਗ ਦੇ ਅੰਦਰ ਵਾਹਿਗੁਰੂ ਦੀ ਰੱਖਿਆਕ ਸ਼ਕਤੀ ਦੇ ਉੱਤੇ ਵਿਚਾਰ ਕੀਤੇ ਗਏ ਜਿੰਨੇ ਵੀ ਪ੍ਰੇਮੀ ਇਹਦੇ ਵਿੱਚ ਆਇਆ ਇਹ ਵਿਚਾਰਜਤ ਖਤਮ ਹੋਈ ਆ ਤੇ ਇਸ ਤੋਂ ਬਾਅਦ ਫਿਰ ਸਾਰਿਆਂ ਨੇ ਮਿਲ ਕੇ ਬੇਨਤੀ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੀ ਮਾਰ ਤਾਬਿਆ ਰਾਸ ਕਰਕੇ ਹੁਕਮਨਾਮਾ ਲਿਆ ਜਾਵੇ ਫਿਰ ਦੇਖੋ ਜਦੋਂ ਸਾਰੀ ਸੰਗਤ ਨੇ ਇਸ ਖਤਰੇ ਨੂੰ ਟਾਲਣ ਵਾਸਤੇ ਹੁਕਮਨਾਮਾ ਲਿਆ ਤੇ ਹੁਕਮਨਾਮਾ ਮਿਲਿਆ ਸੀ ਕਿ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੇ ਹੱਥ ਦੇ ਰਾਖੇ ਕਰ ਆਪਣੇ ਸਾਸ ਸਾਸ ਪ੍ਰਤੀ ਪਾਲੇ ਸੋ ਇਹ ਜਿਹੜਾ ਹੁਕਮਨਾਮਾ ਆਇਆ ਸੀਗਾ ਇਸ ਤੋਂ ਫਿਰ ਗੁਰਮੁਖ ਸੱਜਣ ਸਮਝ ਗਏ ਸੀਗੇ ਕਿ ਜਿਹੜੇ ਵਾਹਿਗੁਰੂ ਜੀ ਹਨ ਉਹ ਹਰੇਕ ਜਗ੍ਹਾ ਹਾਜ਼ਰ ਨਾਜ਼ਰ ਵਾ ਹਰੇਕ ਜਗ੍ਹਾ ਵਿਆਪਕ ਵਾ ਅਗਰ ਜਿਵੇਂ ਸਰਕਾਰ ਕਹਿੰਦੀ ਆ ਕਿ ਇਸ ਕਲਕੱਤੇ ਸ਼ਹਿਰ ਨੂੰ ਜ਼ਿਆਦਾ ਖਤਰਾ ਹੈਗਾ ਤੇ ਬਹੁਤ ਸਾਰੇ ਜਿਹੜੇ ਸ਼ਹਿਰ ਦੇ ਲੋਕ ਹੀ ਸੀ ਕਲਕੱਤਾ ਛੱਡ ਕੇ ਦੂਰ ਚਲੇ ਗਏ ਭਾਵੇਂ ਕਿ ਅਗਰ ਵਾਹਿਗੁਰੂ ਦੂਰ ਜਾ ਕੇ ਉਹਨਾਂ ਦੀ ਰਾਖੀ ਕਰ ਸਕਦੇ ਉਹੀ ਰਾਖੀ ਜਿਹੜੀ ਹੈ ਇਸ ਕਲਕੱਤੇ ਸ਼ਹਿਰ ਦੇ ਵਿੱਚ ਰਹਿ ਕੇ ਵੀ ਹੋ ਸਕਦੀ ਆ ਪਰ ਜਿਨ੍ਹਾਂ ਦੇ ਅੰਦਰ ਭਰੋਸਾ ਸੀਗਾ ਵਾਹਿਗੁਰੂ ਦੀ ਇਸ ਰੱਖਿਆ ਸ਼ਕਤੀ ਦੇ ਉੱਤੇ ਉਹਨਾਂ ਨੇ ਕਲਕੱਤਾ ਨਹੀਂ ਛੱਡਿਆ ਉਹਨਾਂ ਟਾਈਮ 'ਚ ਵਾਕਿਆ ਨੇ ਜਿਹੜੇ ਸੀ ਲੋਕੀ ਕਲਕੱਤਾ ਸੜਕੇ ਚਲੇ ਗਏ ਸੀ ਪਰ ਆਪਾਂ ਦੇਖਦੇ ਹਾਂ ਕਿ ਉਸ ਟਾਈਮ ਫਿਰ ਕਲਕੱਤੇ ਦੇ ਉੱਤੇ ਚਾਹੇ ਬੰਬਾਰੀ ਵੀ ਸ਼ੁਰੂ ਹੋਈ ਪਰ ਇਹ ਜਿਹੜੇ ਪ੍ਰੇਮੀ ਸੀਗੇ ਜਿਨ੍ਹਾਂ ਨੂੰ ਇਹ ਰੱਬੀ ਸੰਦੇਸ਼ ਜਾਂ ਆਕਾਸ਼ ਬਾਣੀ ਹੁਕਮ ਰਾਮੇ ਦੇ ਰੂਪ 'ਚ ਹੋਈ ਸੀ ਕਿ ਔਖੀ ਘੜੀ ਨਾ ਦੇਖਣ ਦੀ ਆਪਣਾ 버ਦ ਸੰਭਾਲੇ ਇਹਨਾਂ ਦੀ ਫਿਰ ਕੋਈ ਵੀ ਜਿਹੜੀ ਬੰਬਾਰੀ ਸੀਗੀ ਇਹਨਾਂ ਦਾ ਬਾਲ ਬੰਕਾ ਨਹੀਂ ਕਰ ਸਕਦੇ ਸੋ ਇਸੇ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਕਈ ਜਿਹੜੇ ਹਨ ਹੁਕਮਨਾਮੇ ਇਸ ਹਸਾਬ ਦੇ ਹੁੰਦੇ ਆ ਕਿ ਜਿਨ੍ਹਾਂ ਨੂੰ ਅਸੀਂ ਹਨ ਆਮ ਤੌਰ ਤੇ ਪ੍ਰਗਟ ਰੂਪ ਦੇ ਵਿੱਚ ਦੇਖਦੇ ਹਾਂ ਜਿਵੇਂ ਇੱਕ ਸਿੰਘ ਦਾਸ ਨੂੰ ਦੱਸਦੇ ਸੀ ਕਿ ਉਹਨਾਂ ਨੇ ਸ੍ਰੀ ਅਨੰਦਪੁਰ ਸਾਹਿਬ ਅਖੰਡ ਪਾਠ ਦੀ ਕਿਸੇ ਟੈਮ ਸੁਖਣਾ ਸੁਖੀ ਸੀ ਜਦ ਕਹਿੰਦੇ ਉਹਨਾਂ ਦੀ ਵਾਰੀ ਆਈ ਖੰਡਪੜ ਸਾਹਿਬ ਦੀ ਤਾਂ ਉਹਨਾਂ ਨੂੰ ਇਹ ਗੱਲ ਜਿਹੜੀ ਸੀ ਚੇਤਾ ਭੁੱਲ ਗਿਆ ਉਹਨਾਂ ਟਾਈਮਾਂ ਦੇ ਵਿੱਚ ਕਿ ਸਵੇਰੇ ਸ੍ਰੀ ਖੰਡਪੜ ਸਾਹਿਬ ਮਹਾਰਾ ਦੀ ਰੰਮਤਾ ਹੈਗੀ ਹੈ ਤੇ ਉਹਨਾਂ ਨੂੰ ਕਮੇਟੀ ਵੱਲੋਂ ਇਸ ਖੰਡਪੜ ਵਾਸਤੇ ਇੱਕ ਪੱਤਰ ਆਇਆ ਹੋਇਆ ਹੈ ਜਦ ਕਹਿੰਦੇ ਰਾਤ ਨੂੰ ਸੁੱਤੇ ਸੀਗੇ ਤੇ ਜਦ ਰਾਤ ਹੋਈ ਆ ਤੇ ਉਹਨਾਂ ਨੇ ਆਪਣੇ ਬਿਸਤਰੇ ਤੇ ਕੀ ਦੇਖਿਆ ਕਿ ਜਿਵੇਂ ਛੱਤ ਤੋਂ ਡਿੱਕੇ ਬਾਣ ਜਿਹੜਾ ਹਨਾ ਇਹ ਇੱਕ ਕੀੜਾ ਹੁੰਦਾ ਹੈਗਾ ਕਹਿੰਦੇ ਮੇਰੇ ਲੜਨਾ ਸ਼ੁਰੂ ਹੋ ਗਿਆ ਤੇ ਮੇਰੇ ਸਾਰੇ ਸਰੀਰ ਦੇ ਉੱਤੇ ਬਹੁਤ ਜ਼ਿਆਦਾ ਤਕਲੀਫ ਹੋਈ ਕਹਿੰਦੇ ਵੀ ਮੈਂ ਉੱਠਿਆ ਵੀ ਆ ਉੱਠ ਕੇ ਪਹਿਲਾਂ ਬਿਸਤਰੇ ਤੇ ਹੱਥ ਪੈਰ ਮਾਰੇ ਫੇਸ ਹੋਣ ਦਾ ਯਤਨ ਕੀਤਾ ਪਰ ਇਹ ਬਾਣ ਦਾ ਜਿਹੜਾ ਕੀੜਾ ਸੀਗਾ ਦੁਬਾਰਾ ਫੇਰ ਲੜਨ ਲੱਗ ਪਿਆ ਪਰ 32 ਜਗਾਈ 32 ਜਗਾ ਕੇ ਜਦ ਕਿ ਨੇ ਮੈਂ ਆਪਣੇ ਬਿਸਤਰੇ ਨੂੰ ਦੇਖਿਆ ਤੇ ਬਿਸਤਰਾ ਬਿਲਕੁਲ ਸਾਫ਼ ਸੀ ਪਰ ਫਿਰ ਵੀ ਕਿੰਨੇ ਮੈਂ ਆਪਣੇ ਬਿਸਤਰਾ ਛਾੜ ਕੇ ਦੁਜਾ ਦੁਬਾਰਾ ਸੁੱਤਾ ਤਾਂ ਮੇਰੇ ਫਿਰ ਕਿੰਦੇ ਬਾਣ ਲੱਗਣ ਲੱਗ ਪਿਆ ਜਦ ਤੱਕ ਕਿੰਦੇ ਬਾਣ ਦੁਆਰਾ ਫੇਰ ਲੜਨ ਲੱਗਾ ਫਿਰ ਮੈਨੂੰ ਜ਼ਿਆਦਾ ਤਕਲੀਫ ਹੋਣ ਲੱਗੀ ਮੈਂ ਮਨ 'ਚ ਸੋਚਿਆ ਵੀ ਗੱਲ ਕੀ ਹੈ ਦੁਬਾਰਾ ਫੇਰ ਮੈਂ ਬੱਤੀ ਜਗਾਈ ਬੱਤੀ ਜਗਾ ਕੇ ਫਿਰ ਬਿਸਤਰੇ ਨੂੰ ਚੰਗੀ ਤਰ੍ਹਾਂ ਉੱਪਰ ਥੱਲੇ ਛਤ ਬਲ ਦੇਖਿਆ ਪਰ ਉੱਥੇ ਬਾਣ ਨਾਂ ਦਾ ਕੀੜਾ ਕੋਈ ਨਹੀਂ ਸੀਗਾ ਪਰ ਜਦੋਂ ਫੇਰ ਮੈਂ ਦੁਬਾਰਾ ਬੱਤੀ ਬੁਝਾ ਕੇ ਸੌਣ ਲੱਗਾ ਫਿਰ ਮੇਰੇ ਮਨ ਦੇ ਵਿੱਚ ਜਿਹੜੇ ਸੀ ਇਹ ਆਕਾਸ਼ ਬਾਣੀ ਖਿਆਲ ਦੇ ਰੂਪ ਦੇ ਵਿੱਚ ਆਈ ਆ ਕਿ ਭਾਈ ਤੂੰ ਤਾਂ ਅੱਜ ਆਨੰਦਪੁਰ ਸਾਹਿਬ ਜਾਣਾ ਹੈ ਤੇਰੇ ਸ੍ਰੀ ਅਖੰਡ ਪਾਤਸ਼ਾਹ ਦੀ ਰੰਮਤਾ ਹੈਗੀ ਆ ਤੈਨੂੰ ਉੱਥੇ ਹਾਜ਼ਰੀ ਦੇਣੀ ਪੈਣੀ ਆ ਫਿਰ ਉਹ ਸੱਜਣ ਰਹਦੇ ਸੀਗੇ ਕਿ ਫਿਰ ਮੈਂ ਉਨਹੀ ਪਹਿਰੀ ਇਸ਼ਨਾਨ ਕਰਕੇ ਆਪਣਾ ਪਰਿਵਾਰ ਲੈ ਕੇ ਫਿਰ ਆਨੰਦਪੁਰ ਸਾਹਿਬ ਪਹੁੰਚ ਗਿਆ ਸੀ ਇਹ ਵੀ ਇੱਕ ਤਰੀਕਾ ਹੈਗਾ ਆਕਾਸ਼ਵਾਣੀ ਜੀ ਦਾ ਇਸੇ ਤਰ੍ਹਾਂ ਨਾਲ ਬਹੁਤ ਸਾਰੇ ਪਸੰਦ ਦੇਖਦੇ ਆ ਕਿ ਉਹਨਾਂ ਦੇ ਕਈ ਵਾਰੀ ਜਿਹੜਾ ਹਨ ਸੁਪਨੇ ਦੇ ਰੂਪ ਦੇ ਵਿੱਚ ਜੋ ਵੀ ਚੀਜ਼ ਉਹਨਾਂ ਦੇ ਨਾਲ ਵਾਪਰਦੀ ਹੈ ਉਹ ਦੇਸ ਦੇ ਇੱਕ ਕੁਛ ਚਿਰ ਬਾਅਦ ਉਹੀ ਚੀਜ਼ ਜਿਹੜੀ ਹੈ ਨਾ ਪ੍ਰਤੱਖ ਰੂਪ ਦੇ ਵਿੱਚ ਹੋ ਜਾਂਦੀ ਹੈ ਇਹ ਵੀ ਇੱਕ ਹੈ ਨਾ ਆਕਾਸ਼ ਬਾਣੀ ਹੈਗੀ ਜਿਵੇਂ ਇੱਕ ਸਿੱਖ ਬੀਬੀ ਦਾਸ ਨੇ ਦੱਸਦੀ ਸੀ ਕਿ ਜਦੋਂ ਬਾਬਾ ਮੋਤੀराम ਮਹਾਰਾਜ ਜੀ ਦਾ ਜਿਹੜਾ ਸੀ ਸ਼ਹੀਦੀ ਜਿਹੜਾ ਆਇਆ ਉਸ ਤੋਂ ਜਿਹੜਾ ਹੈ ਨਾ ਕੁਛ ਟਾਈਮ ਪਹਿਲਾਂ ਕਹਿੰਦੇ ਵੀ ਮੈਨੂੰ ਹਨਾ ਇੱਕ ਸੁਪਨਾ ਆਇਆ ਸੁਪਨੇ ਵਿੱਚ ਮੈਨੂੰ ਬਾਬਾ ਮੋਤੀराम ਮਹਾਰਾਜ ਜੀ ਨੇ ਦਰਸ਼ਨ ਦਿੱਤੇ ਤੇ ਜਿਸ ਰੂਪ ਦੇ ਵਿੱਚ ਦਿੱਤੇ ਸੀਗੇ ਕਹਿੰਦੇ ਮੈਂ ਜਦ ਉਹ ਸੇ ਉਹਨਾਂ ਦਾ ਜੋ ਸ਼ਹੀਦੀ ਦੇੜਾ ਸੀਗਾ ਜੇਦੋ ਕਿੰਨੇ ਮੈਂ ਉਹ ਉਸੇ ਸ਼ਹੀਦੀ ਦਿਹਾੜੇ ਦੇ ਉੱਤੇ ਕਹਿੰਦੇ ਜਦੋਂ ਮੈਂ ਗਈ ਆ ਤੇ ਜਿਹੜੇ ਕਹਿੰਦੇ ਪ੍ਰੇਮੀ ਜਿਹੜੇ ਸੀਗੇ ਬਾਬਾ ਮੋਤੀराम ਮਹਾਰਾਜ ਜੀ ਦੀ ਜਿਹੜੀ ਕਥਾ ਵਿਆਖਿਆ ਕਰ ਰਹੇ ਸੀ ਕਹਿੰਦੇ ਜਦੋਂ ਉਹਨਾਂ ਨੇ ਉਹ ਸਰੂਪ ਜਿਹੜਾ ਸੀ ਮੈਨੂੰ ਉਹ ਦੱਸਿਆ ਸਾਰੀ ਸੰਗਤ ਦੇ ਵਿੱਚ ਵਰਣਨ ਕੀਤਾ ਕਿ ਬਾਬਾ ਕਿ ਬਾਬਾ ਮੋਤੀराम ਮਹਾਰਾਜ ਜੀ ਦਾ ਜਿਹੜਾ ਸੀਗਾ ਚਿਹਰਾ ਇਸ ਤਰ੍ਹਾਂ ਦਾ ਸੀਗਾ ਕਹਿੰਦੇ ਜੋ ਵੀ ਉਹ ਦੱਸਿਆ ਬਿਲਕੁਲ ਮੇਰੇ ਸੁਪਨੇ ਦੇ ਨਿਆਈ ਜਿਹੜਾ ਸੀ ਉਹ ਦੱਸਿਆ ਸੀ ਕਿ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਸੀਗਾ ਕਿ ਜਿਵੇਂ ਸਭ ਕੁਝ ਸੁਪਨੇ ਦੀ ਘਟਨਾ ਜਿਹੜੀ ਹੈ ਕਥਾਵਾਚਕ ਸੰਗਤਾਂ ਦੇ ਵਿੱਚ ਖੋਲ ਕੇ ਬਿਆਨ ਕਰ ਰਿਹਾ ਹੈਗਾ ਭਾਵੀ ਕੀ ਕਿ ਇਹ ਵੀ ਇੱਕ ਆਕਾਸ਼ਬਾਣੀ ਹੁੰਦੀ ਆ ਕਿ ਸੁਪਨੇ ਦੇ ਵਿੱਚ ਕੋਈ ਚੀਜ਼ ਜਿਹੜੀ ਆ ਉਹ ਸਾਨੂੰ ਨਜ਼ਰ ਆਉਂਦੀ ਆ ਤੇ ਉਹੋ ਹੀ ਫਿਰ ਅਸੀਂ ਦੇਖਦੇ ਆ ਕਿ ਸੰਸਾਰ ਦੇ ਵਿੱਚ ਪ੍ਰਤੱਖ ਹੋ ਜਾਂਦੀ ਆ ਇਸੇ ਤਰ੍ਹਾਂ ਅਸੀਂ ਹਨਾ ਸਿਮਰਨ ਵਿੱਚ ਅਸਤੇ ਵਿੱਚ ਵੀ ਦੇਖਦੇ ਆ ਕਿ ਸਿਮਰਨ ਅਭਿਆਸ ਦੇ ਵਿੱਚ ਹਨਾ ਕਦੇ-ਕਦੇ ਕਈ ਵਾਰੀ ਸਾਨੂੰ ਬੜੇ ਹਨਾ ਦ੍ਰਿਸ਼ ਜਿਹੜੇ ਉਹ ਨਜ਼ਰ ਆ ਜਾਂਦੇ ਆ ਜੇ ਨਜ਼ਰ ਆ ਜਾਂਦੇ ਫਿਰ ਅਸੀਂ ਦੇਖਦੇ ਆ ਕਿ ਉਹ ਜਿਹੜੀ ਚੀਜ਼ ਸਿਮਰਨ ਦੇ ਅਭਿਆਸ ਦੇ ਵਿੱਚ ਸਾਡ ਨੂੰ ਦਰਸ਼ਟਾਂਟ ਮਿਲਦਾ ਹੈਗਾ ਉਹ ਸਾਡੇ ਵਾਸਤੇ ਪ੍ਰਤੱਖ ਹੋ ਜਾਂਦਾ ਇਸ ਤਰ੍ਹਾਂ ਦੇ ਜਿਹੜੇ ਦਰਸ਼ਟਾਂ ਟਰਪ ਭਾਈ ਸਾਹਿਬ ਭਾਈ ਰਣਜੀਤ ਸਿੰਘ ਹੋਣਾ ਨੇ ਵੀ ਸਾਂਝੇ ਕੀਤੇ ਆ ਕਿ ਕਿਵੇਂ ਉਹਨਾਂ ਨੇ ਜਿਹੜਾ ਸਗਾ ਪਾਰ ਜਾਤ ਜਿਹੜਾ ਸੀ ਦਰਖਤ ਸਗਾ ਉਹਦੇ ਦਰਸ਼ਨ ਕੀਤੇ ਸਿਮਰਨ ਅਭਿਆਸ ਦੇ ਅੰਦਰ ਪਰ ਉਹ ਹੀ ਜਿਹੜੀ ਚੀਜ਼ ਸੀਗੀ ਜਿਹੜੀ ਉਹਨਾਂ ਨੂੰ ਉਹਦੇ ਵਿੱਚ ਦਰਸ਼ਨ ਦੇ ਰੂਪ ਦੇ ਵਿੱਚ ਮਿਲੀ ਸੀਗੀ ਜਿਨ੍ਹਾਂ ਨੂੰ ਅਸੀਂ ਪਪੀਥੇ ਕਹਿ ਦਿੰਦੇ ਨੇ ਜਿੰਨਾਂ ਦਾ ਜਿਕਰ ਦਾਸ ਨੇ ਅੱਗੇ ਵੀ ਕਈ ਵਾਰੀ ਕੀਤਾ ਹੈ ਜਾਂ ਇੱਕ ਗਾਂ ਸੀਗੀ ਜਿਹੜੀ ਉਸ ਸਿਮਰਨ ਅਭਿਆਸ ਦੇ ਵਿੱਚ ਦ੍ਰਿਸ਼ ਦ੍ਰਿਸ਼ਟਾਂਟ ਦੇ ਅੰਦਰ ਜਿਹੜੇ ਸੀ ਉਹਨਾਂ ਨੂੰ ਦਰਸ਼ਨ ਹੋਏ ਸੀਗੇ ਉਹ ਵੀ ਗਾਂ ਜਿਹੜੀ ਸੀਗੀ ਉਹ ਵੀ ਪ੍ਰਤੱਖ ਰੂਪ ਦੇ ਵਿੱਚ ਜੇਲ ਦੇ ਵਿੱਚ ਆ ਗਈ ਸੀ ਸੋ ਇਸ ਤਰ੍ਹਾਂ ਦੇ ਜਿਹੜਾ ਨਾ ਸਿਮਰਨ ਅਭਿਆਸ ਦੇ ਅੰਦਰ ਆਪਣੇ ਦ੍ਰਿਸ਼ਟਾਂਟ ਮਿਲਦੇ ਆ ਇਹ ਵੀ ਚੀਜ਼ਾਂ ਜਿਹੜੀ ਹਨ ਇਹ ਉਹ ਸ ਜਿੱਤ ਆਪਣੇ ਜਗਤ ਦੇ ਅੰਦਰ ਪ੍ਰਤੱਖ ਹੋ ਜਾਂਦੀ ਹੈ ਇਸੇ ਤਰ੍ਹਾਂ ਆਪਾਂ ਦੇਖਦੇ ਆਂ ਕਿ ਕਿਸੇ ਮਹਾਂਪੁਰਖਾਂ ਦੀ ਰਸਨਾ ਦੁਆਰਾ ਜੋ ਵੀ ਜਿਹੜਾ ਬਾਕ ਨਿਕਲਦਾ ਹਨ ਉਹ ਵੀ ਆਕਾਸ਼ ਬਣੇ ਹੁੰਦੇ ਉਹ ਵੀ ਅਸੀਂ ਦੇਖਦੇ ਆਂ ਕਿ ਇਸ ਜਗਤ ਦੇ ਵਿੱਚ ਪ੍ਰਤੱਖ ਹੋ ਜਾਂਦਾ ਹੈ ਜਿਵੇਂ ਇੱਕ ਵਾਰ ਸੱਜਣ ਦੱਸਦੇ ਸੀ ਕਿ ਅਸੀਂ ਬਹੁਤ ਸਾਰੀਆਂ ਪੁਸਤਕਾਂ ਜਿਹੜੀਆਂ ਸੀਗੀਆਂ ਕਾਫੀ ਜਿਹੜੀਆਂ ਪਈਆਂ ਸੀਗੀਆਂ ਉਹਨਾਂ ਨੂੰ ਧੁੱਪਲਵਾਰ ਰੈਸ ਜਦੋਂ ਕਹਿੰਦੀ ਅਸੀਂ ਬਾਹਰ ਰੱਖ ਕੇ ਜਿਹੜੇ ਹਨ ਧੁੱਪ ਦੀ ਰੋਸ਼ਨੀ ਵਿੱਚ ਰੱਖੀਆਂ ਸੀਗੀਆਂ ਕੁਦਰਜੀ ਕਹਿੰਦੇ ਉਸੇ ਹੀ ਟਾਈਮ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਸਾਡੇ ਕੋਲੋਂ ਦੀ ਗੁਜ਼ਰੇ ਤੇ ਕਹਿੰਦੇ ਸਾਨੂੰ ਅਚੰਚਿਤ ਕਹਿਣ ਲੱਗੇ ਕਹਿੰਦੇ ਭਾਈ ਵਾਰਸਣ ਵਾਲੀ ਆ ਤੁਸੀਂ ਹਨਾ ਇਹ ਕਿਤਾਬਾਂ ਚੱਕ ਕੇ ਅੰਦਰ ਸਾਰੀਆਂ ਰੱਖ ਦਿਓ ਪੁਸਤਕਾਂ ਕਹਿੰਦੇ ਉਹ ਕਹਿ ਕੇ ਤਾਂ ਚਲੇ ਗਏ ਅਚੰਚਿਤ ਪਰ ਕਿੰਦੇ ਅਸੀਂ ਦੋ ਤਿੰਨ ਪ੍ਰੇਮੀ ਸੀਗੇ ਅਸੀਂ ਜਾਂ ਤਾਂ ਸਮਾਨ ਬੰਨੇ ਗਮਰੀ ਤੋਂ ਉਪਤੇ ਜੀ ਵਾਰਸਣਾ ਦੀ ਕੋਈ ਚੀਜ਼ ਨਹੀਂ ਸੀ ਪਰ ਇੱਕ ਸੱਜਣ ਕਹਿਣ ਲੱਗੇ ਕਿ ਇੰਨੀ ਧੋਪੋ ਆ ਬਾਰਸ਼ ਕਿਵੇਂ ਆ ਸਕਦੀ ਹੈ ਭਾਈ ਸਾਹਿਬ ਕਹਿੰਦੇ ਆ ਕਿ ਇੱਕ ਮੀਂਹ ਆਉਣ ਵਾਲਾ ਹੈਗਾ ਤੇ ਇਹ ਕਿਤਾਬਾਂ ਸਾਰੀਆਂ ਚੱਕ ਕੇ ਤੁਸੀਂ ਅੰਦਰ ਰੱਖ ਦਿਓ ਪਰ ਕਹਿੰਦੇ ਉਹਨਾਂ ਵਿੱਚ ਇੱਕ ਸੱਜਣ ਸੀਗਾ ਜਿਹਨੂੰ ਇਸ ਆਕਾਸ਼ ਬਾਣੀ ਦਾ ਜਿਹੜਾ ਸੀ ਉਹ ਕੁਝ ਇਲਮ ਸੀਗਾ ਪਰ ਕਹਿੰਦੇ ਦੂਸਰੇ ਸੱਜਣਾਂ ਨੂੰ ਕਹਿਣ ਲੱਗਾ ਕਹਿੰਦੇ ਲੱਗਾ ਕਿ ਅਸੀਂ ਬੇਸ਼ੱਕ ਨਹੀਂ ਜਾਣਦੇ ਭਾਈ ਪਰ ਭਾਈ ਸਾਹਿਬ ਜਿਹੜੇ ਹੈ ਉਹਨਾਂ ਨੂੰ ਹਰੇਕ ਅਗਲੀ ਪਿਛਲੀ ਸਾਰੀ ਗੱਲ ਦਾ ਪੂਰਾ ਗਿਆਨ ਹੁੰਦਾ ਹੈ ਇਸ ਕਰਕੇ ਤੁਸੀਂ ਹੁਣੇ ਕਰੋ ਕਿ ਸਾਰੀਆਂ ਕਿਤਾਬਾਂ ਇਕੱਠੀਆਂ ਕਰਕੇ ਅੰਦਰ ਰੱਖ ਦਿਓ ਕਹਿੰਦੇ ਅਸੀਂ ਫਟਾਫਟ ਜਿਹੜੀਆਂ ਕਿਤਾਬਾਂ ਸੀਗੀਆਂ ਚੱਕਦੇ ਸਾਰੇ ਜਦ ਅੰਦਰ ਰੱਖੀਆਂ ਅਸੀਂ ਕੀ ਦੇਖਿਆ ਕਿ ਇੱਕ ਹਵਾ ਦਾ ਬੋਲਾ ਆਇਆ ਆਉਂਦਿਆਂ ਆਉਂਦਿਆਂ ਨਾਲ ਹੀ ਬੱਦਲ ਆਏ ਜੋ ਹੀ ਕਹਿੰਦੇ ਅਸੀਂ ਸਾਰੀਆਂ ਕਿਤਾਬਾਂ ਜਿਹੜੀਆਂ ਰੱਖ ਕੇ ਅੰਦਰ ਟਕਾਉਂਦੀਆਂ ਕਹਿੰਦੇ ਐਨੇ ਜ਼ੋਰ ਦਾ ਮੀਂਹ ਪਿਆ ਕਿ ਉਸ ਕਮਰੇ ਦੀ ਛੱਤ ਚੋਕ ਹੈ ਨਾ ਕੁਝ ਜਿਹੜਾ ਸਗਾ ਛੱਤ ਦਾ ਆਪਣੇ ਜਿਹੜਾ ਪਾਣੀ ਸੀਗਾ ਉਹ ਵੀ ਜਿਹੜੇ ਅੰਦਰ ਰੱਖਿਆ ਕਿਤਾਬਾਂ ਦੇ ਉੱਤੇ ਵੀ ਜਿਹੜਾ ਸੀ ਆ ਗਿਆ ਸੀਗਾ ਜਿੰਨਾਂ ਕੁਝ ਕਿਤਾਬਾਂ ਅੰਦਰ ਵੀ ਪਈਆਂ ਗਿੱਲੀਆਂ ਹੋ ਗਈਆਂ ਸੀ ਸੋ ਇਹ ਵੀ ਇੱਕ ਨਾ ਆਕਾਸ਼ਵਾਣੀ ਦਾ ਤਰੀਕਾ ਹੈ ਕਿ ਉਹ ਆਕਾਸ਼ਵਾਣੀ ਜਿਹੜੀ ਮਹਾਪੁਰਖਾਂ ਦੇ ਰਸਨਾ ਦੇ ਨਾਲ ਹੁੰਦੀ ਹੈ ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਕਈ ਵਾਰ ਕੁਝ ਸਧਾਰਨ ਜਿਹੜੇ ਆ ਉਹ ਪ੍ਰੇਮੀ ਹੁੰਦੇ ਆ ਉਹਨਾਂ ਦੇ ਕੋਲ ਵੀ ਅਚੰਚਿਤ ਕੋਈ ਇਸ ਤਰ੍ਹਾਂ ਦੇ ਨਿਸ਼ਾਨ ਜਿਹੜਾ ਹਨ ਆਕਾਸ਼ ਬਾਣੀ ਦੇ ਤੌਰ ਦੇ ਉੱਤੇ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਜਿਵੇਂ ਇੱਕ ਸੱਜਣ ਜਿਹੜੇ ਸੀ ਉਹ ਦੱਸ ਨੂੰ ਦੱਸਦੇ ਸੀ ਕਿ ਕੋਈ ਬਚਪਨ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾ ਦੀ ਸਾਖੀ ਜਿਹੜੀ ਸੀਗੀ ਘਰ ਦੇ ਵਿੱਚ ਉਹਨਾਂ ਦੇ ਬਜ਼ੁਰਗਾਂ ਵੱਲੋਂ ਰੱਖੀ ਸੀਗੀ ਉਹਨੂੰ ਬੜੇ ਪ੍ਰੇਮ ਨਾਲ ਪੜਦੇ ਸੀਗੇ ਇੱਕ ਦਿਨ ਕਹਿੰਦੇ ਉਹ ਪੜ ਕੇ ਇਸ ਤਰ੍ਹਾਂ ਕਹਿੰਦੇ ਪਏ ਸੀ ਤੇ ਅਚਨ ਚਿਤ ਕਹਿੰਦੇ ਉਹਨਾਂ ਦੇ ਜਿਹੜਾ ਗੁੱਟ ਸੀਗਾ ਉਹ 'ਚ ਜੱਕਦਮ ਬੜੇ ਜ਼ੋਰ ਨਾਲ ਦਰਦ ਹੋਈ ਜਦੋਂ ਕਹਿੰਦੇ ਦਰਦ ਹੋਈ ਜੱਕਦਮ ਹੀ ਕਹਿੰਦੇ ਉੱਠ ਕਿਉਂ ਨਹੀਂ ਜ਼ੋਰ ਨਾਲ ਜਦ ਕਹਿੰਦੇ ਗੁੱਟ ਵੱਲ ਦੇਖਿਆ ਗੁੱਟ ਵੱਲ ਦੇਖਿਆ ਤੇ ਕੀ ਕਹਿੰਦੇ ਨਜ਼ਰ ਪਿਆ ਕਿ ਦੋ ਕਾਲੇ ਹੱਥ ਸੀਗੇ ਜਿਨ੍ਹਾਂ ਨੇ ਗੁੱਟ ਨੂੰ ਫੜਿਆ ਹੋਇਆ ਸੀਗਾ ਤੇ ਕਹਿੰਦੇ ਮੈਨੂੰ ਹੱਥ ਹੀ ਹੱਥ ਦਿਸਿਆ ਕੁਝ ਹੋਰ ਚੀਜ਼ ਨਹੀਂ ਦਸੀ ਤੇ ਕਹਿੰਦੇ ਉਹਨਾਂ ਹੱਥਾਂ ਨੇ ਮੇਰੇ ਗੁੱਟ ਨੂੰ ਮਰੋੜ ਦਿੱਤਾ ਇਹ ਜਿਹੜਾ ਬੜਾ ਡਰਾਉਣਾ ਦ੍ਰਿਸ਼ ਮੈਨੂੰ ਕਹਿੰਦੇ ਬਿਲਕੁਲ ਪਰ ਤੱਖ ਦੱਸਿਆ ਸੀ ਜਿਹਦੇ ਨਾਲ ਮਰੀਆਂ ਕਹਿੰਦੇ ਚੀਕਰ ਨਿਕਲ ਗਈਆਂ ਸੀ ਪਰ ਕਹਿੰਦੇ ਮੈਨੂੰ ਇਸ ਬਾਰੇ ਪਹਿਲਾਂ ਤਾਂ ਪਤਾ ਨਹੀਂ ਲੱਗਾ ਪਰ ਬਾਅਦ ਦੇ ਵਿੱਚ ਇਹਦਾ ਘਟਨਾ ਦਾ ਬਾਅਦ ਚ ਪਤਾ ਲੱਗਾ ਜਦੋਂ ਕਿੰਨੇ ਫਿਰ ਮੇਰੇ ਜਿਹੜੇ ਪਿਤਾ ਜੀ ਸੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਸੋ ਇਹ ਵੀ ਹੈ ਨਾ ਇੱਕ ਆਕਾਸ਼ਵਾਣੀ ਹੈ ਜਿਹੜੀ ਇਸ ਤਰੀਕੇ ਦੇ ਨਾਲ ਵੀ ਮਿਲ ਜਾਂਦੀ ਹੈ ਸੋ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਕਈ ਪ੍ਰੇਮੀ ਜਿਹੜੇ ਆ ਉਹਨਾਂ ਦੇ ਵਿੱਚ ਵੀ ਇਹ ਕਾਸ਼ਬਣੀ ਇਸ ਤਰ੍ਹਾਂ ਆ ਜਾਂਦੀ ਹੈ ਕਿ ਉਹਨਾਂ ਨੂੰ ਕਿਸੇ ਗੱਲ ਦਾ ਨਾ ਪਹਿਲਾਂ ਇਲਮ ਹੋ ਜਾਂਦਾ ਅਵਾਸ ਹੋ ਜਾਂਦਾ ਆਪਣੇ ਮਨ ਦੇ ਅੰਦਰ ਕਿ ਅੱਜ ਆ ਫਲਾਨਾ ਜਿਹੜਾ ਸੱਜਣ ਹੈ ਇਹ ਮੈਨੂੰ ਮਿਲਣਾ ਆ ਰਿਹਾ ਹੈ ਜਾਂ ਇਸ ਤਰ੍ਹਾਂ ਜਿਹੜਾ ਕੋ ਹੋ ਰਿਹਾ ਹੈਗਾ ਉਹਨਾਂ ਦੇ ਆਪਣੇ ਮਨ ਦੀ ਜਿਹੜੀ ਹਨਾ ਉਹ ਕਸ਼ਿਸ਼ ਹੈ ਤੜਫ ਹੈ ਜਦ ਵੱਜ ਜਾਂਦੀ ਆ ਉਹ ਜਿਸ ਪ੍ਰਤੀ ਉਹ ਘਟਨਾ ਬਾਰੇ ਵੱਧਦੀ ਆ ਜਾਂ ਜੇ ਇਸ ਪ੍ਰੇਮੀ ਦੀ ਜਿਹੜੀ ਹਨਾ ਮੋੜ-ਮੋੜ ਕੇ ਤਸਵੀਰ ਉਹਨਾਂ ਦੇ ਅੰਦਰ ਆਉਂਦੀ ਆ ਬਾਅਦ ਇਹ ਦੇਖਦੇ ਆ ਕਿ ਵਾਕਿਆ ਹੀ ਉਹ ਜਿਹੜੇ ਸੱਜਣ ਹਨਾ ਉਹਨਾਂ ਨੂੰ ਮਿਲਣ ਉਸੇ ਟਾਈਮ ਆ ਜਾਂਦੇ ਆ ਇਹ ਵੀ ਬੜੀ ਹੈਰਾਨੀ ਦੀ ਗੱਲ ਹੈ ਕਿ ਕਿਵੇਂ ਇਸ ਤਰ੍ਹਾਂ ਮਨ ਦੇ ਵਿੱਚ ਆਵਾਸ ਹੋ ਜਾਣਾ ਕਿਸੇ ਗੱਲ ਦਾ ਤੇ ਇਹ ਜਿਹੜੀ ਚੀਜ਼ ਆ ਫਿਰ ਇਹ ਵੀ ਇੱਕਲਾ ਜਿਹੜੀ ਹੈ ਇਹ ਪ੍ਰਤੱਖ ਹੋ ਜਾਣੇ ਫੇਕ ਇੱਕ ਆਕਾਸ਼ਵਾਣੀ ਐਸੀ ਹੈ ਕਿ ਜਿਵੇਂ ਅਸੀਂ ਕਹਦੇ ਹਾਂ ਕਿ ਸਾਨੂੰ ਡਾਇਰੈਕਟ ਜਿਹੜੀਆਂ ਹਨਾ ਕੋਈ ਨਾ ਕੋਈ ਅਸੀਂ ਗੈਬੀ ਸ਼ਕਤੀ ਜਿਹੜੀ ਹੈ ਉਹ ਆਵਾਜ਼ ਮਾਰ ਕੇ ਕਿਸੇ ਨਾ ਕਿਸੇ ਚੀਜ਼ ਦੀ ਚੇਤਾਵਨੀ ਦੇ ਦਿੰਦੀ ਹੈ ਇਸ ਨੂੰ ਵੀ ਅਸੀਂ ਆਕਾਸ਼ ਬਾਣੀ ਆਖਦੇ ਹਾਂ ਜਿਵੇਂ ਸੰਤ ਤਾਰਾ ਸਿੰਘ ਜੀ ਹੋਏ ਆ ਉਹ ਵੀ ਆਪਣੇ ਜੀਵਨ ਦੇ ਦੱਸਦੇ ਸੀ ਕਿ ਜਦੋਂ ਮੈਂ ਹਿਮਕੁੰਟ ਸਾਹਿਬ ਗਿਆ ਸੀ ਕਰੋਨ ਅਰਦਾਸ ਕਰਕੇ ਕਿ ਮੈਂ ਉੱਥੇ ਜਾ ਕੇ ਹਨਾ ਹਿਮਕੁੰਟ ਰਾਤਾਂ ਜਿਹੜੀਆਂ ਹਨ ਰਹਿਣੀਆਂ ਹੈ 2 ਮਹੀਨੇ ਉੱਥੇ ਆਪਣਾ ਜੋ ਵੀ ਜੀਵਨ ਹੈ ਕਲ ਕੀ ਧਰਮ ਮਾਰਾ ਦੇ ਚਰਨਾਂ ਦੇ ਵਿੱਚ ਉੱਥੇ ਬਿਤਾਉਣਾ ਹੈਗਾ ਜਦੋਂ ਕਹਿੰਦੇ ਮੈਂ ਹਿਮਕੁੰਡ ਸਾਹਿਬ ਦੀ ਪਹਾੜੀਆਂ ਕੋਲ ਗਿਆ ਸੀਗਾ ਜਿਸ ਜਗ੍ਹਾ ਰਾਤ ਸੁੱਤਾ ਸੀਗਾ ਕਿਸੇ ਗੈਵੀ ਸ਼ਕਤੀ ਨੇ ਕਹਿੰਦੇ ਜੋਰ ਦੀ ਆਵਾਜ਼ ਦੇ ਕੇ ਮੈਨੂੰ ਇਹ ਆਖਿਆ ਸੀਗਾ ਕਿ ਜੇ ਤੂੰ ਉੱਪਰ ਜਾਏਗਾ ਤਾਂ ਮਾਰਿਆ ਜਾਏਗਾ ਪਰ ਕਹਿੰਦੇ ਮੈਂ ਇਹ ਮਨ ਚ ਕਿਹਾ ਸੀਗਾ ਕਿ ਮੈਂ ਕਰੋ ਅਰਦਾਸ ਕਰਕੇ ਤੁਰਿਆ ਚਾਹੇ ਹੁਣ ਮੈਂ ਮਾਰਾਂ ਚਾਹੇ ਰੱਖਾਂ ਇਹ ਤਾਂ ਹੁਣ ਕੱਲ੍ਹ ਕੀ ਧਰਮ ਦੇ ਹੱਥ 'ਚ ਆ ਪਾਰਕਿੰਡੇ ਜਦੋਂ ਮੈਂ ਉੱਥੇ ਗਿਆ ਸੀਗਾ ਵਾਕਿਆ ਹੀ ਉੱਥੇ ਐਸੀਆਂ ਕੁਝ ਅਦਰਿਸ਼ ਜਿਹੜੀਆਂ ਰੂਹਾਂ ਸੀਗੀਆਂ ਕਿੰਨੇ ਮੈਂ ਉੱਥੇ ਦੇਖੀਆਂ ਸੀਗੀਆਂ ਜਿਹੜਾਂ ਨੂੰ ਦੇਖਦੇ ਸਾਰੇ ਆਤਮੇ ਬਹੁਤ ਭੈਪੀਸ ਹੋ ਜਾਂਦਾ ਸੀਗਾ ਪਰ ਜਿਹੜੇ ਪੂਰਨ ਗੁਰਸਿੱਖ ਗੁਰਮੁਖ ਪਿਆਰੇ ਹੈਗੇ ਆ ਉਹ ਵਾਹਿਗੁਰੂ ਨੂੰ ਜਪਦੇ ਜਪਦੇ ਐਸੀ ਨਰਪੋ ਦੀ ਵਸਤਾ ਵਿੱਚ ਚਲੇ ਜਾਂਦੇ ਆ ज़्या 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 कि ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਜਿਹੜਾ ਇਨਮੋ ਸਹਿਜ ਦੇ ਵਿੱਚ ਹੀ ਹੋ ਜਾਂਦਾ ਹੈ ਸੋ ਨਹੀਂ ਦੱਸਿਆ ਸਿਕਾ ਕਿ ਉਹ ਜਿਹੜੀ ਗੈਵੀ ਵਾਸੀ ਉਹਨੇ ਜ਼ਰੂਰ ਮੈਨੂੰ ਆਖਿਆ ਸਿਕਾ ਕਿ ਉੱਪਰ ਜਾਇਗਾ ਮਾਰਿਆ ਜਾਇਗਾ ਪਰ ਮੈਨੂੰ ਪਤਾ ਸਿਕਾ ਕਿ ਜਿਸ ਕਾ ਸਾਹਿਬ ਡੱਡਾ ਹੋਏ ਤਿਸਕੋ ਮਾਰਨਾ ਸਕੇ ਕੋਈ ਉਹਨੂੰ ਕੋਈ ਦੂਸਰਾ ਮਾਰ ਨਹੀਂ ਸਕਦਾ ਕਿੰਨੇ ਫਿਰ ਅਸੀਂ ਦੇਖੋ 2 ਮਹੀਨੇ ਜਿਹੜੇ ਸੀਗੇ ਉਹ ਹਿਮਕੁੰਡ ਸਾਹਿਬ ਦੇ ਉੱਤੇ ਕੇ ਜਾ ਰਹੇ ਆ ਸੋ ਕਹਿਣ ਤੋਂ ਭਾਵ ਹੈ ਕਿ ਇਹ ਜਿਹੜੀ ਆਕਾਸ਼ ਬਾਣੀ ਹਨਾ ਕਈਆਂ ਰੂਪਾਂ ਦੇ ਵਿੱਚ ਆਪਣੇ ਗੁਰਸਿੱਖ ਪਿਆਰਾਂ ਤੱਕ ਪਹੁੰਚਦੀ ਹੈ ਤੁਰਨ ਨੂੰ ਸਮੇ ਸਮੇ ਤੇ ਉਹਨਾਂ ਬੜੀਆਂ ਦਿਨੀਆਂ ਵੀ ਦੁਰਘਟਨਾਵਾਂ ਹੈਗੀਆਂ ਚੰਗੀਆਂ ਮੰਦੀਆਂ ਸਭ ਤੋਂ ਜਾਣੂ ਕਰਾਉਂਦੀ ਆ ਤਾਂ ਜੋ ਉਹ ਜਿਹੜੇ ਗੁਰਸਖ ਪਿਆਰੇ ਹਨ ਉਹ ਸੁਚੇਤ ਹੋਣ ਤੇ ਸੁਚੇਤ ਹੋ ਕੇ ਨਾਮ ਦੇ ਹਮਲੇ ਮਾਰਦੇ ਰਹਿਣ ਤੇ ਇਹ ਜਿਹੜੀਆਂ ਆਕਾਸ਼ ਬਾਣੀਆਂ ਜਾਂ ਕਿਸੇ ਉਸ ਰੂਹਾ ਦੇ ਥਰੂ ਜਾਂ ਕਿਸੇ ਵਾਹਿਗੁਰੂ ਜੀ ਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਨੂੰ ਟੁੰਬਦੀਆਂ ਜਗਾਉਂਦੀਆਂ ਤੇ ਉਹਨਾਂ ਦਾ ਰਾਹ ਪੱਧਰਾ ਕਰਦੀਆਂ ਉਹਨਾਂ ਦੀ ਸਹਾਇਤਾ ਕਰਦੀਆਂ ਤੇ ਉਹਨਾਂ ਨੂੰ ਮੰਜ਼ਲ ਵੱਲ ਵਧਾਉਂਦੀਆਂ ਤੇ ਗੁਰਮੁਖ ਪਿਆਰਿਆਂ ਦੀ ਜਿਹੜੀ ਵਿੱਠਵਾ ਉਹਨੂੰ ਥੱਪਥ ਪਾਉਂਦੀਆਂ ਤਾਂ ਜੋ ਜਿਹੜੇ ਗੁਰਮੁਖ ਪਿਆਰੇ ਹੈ ਉਹ ਆਪਣਾ ਇਹ ਲੋਕ ਸੁਖਿਆ ਤੇ ਪਰਲੋਕ ਸੇਲਾ ਕਰ ਸਕਣ ਸੋ ਇਹਨੇ ਬਚਨ ਕਰਦਾ ਹੋਇਆ 10 ਖੇਮਾਂ ਦਾ ਜਾਚਕ ਹੈ ਜੀ ਹੋਈਆਂ ਭੁੱਲਾਂ ਚੁੱਕਣ ਦੀ ਖੇਮ ਬਖਸ਼ਣੀ ਸੋ ਫਤੇਬਲਾਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ